ਉਹ ਕਹਿੰਦਾ ਨਹੀਂ ਜਾਣਦਾ ਜ਼ਮਾਨਾ ਅਜ਼ਮਤ ਸਦੀਕ ਦੀ, ਨਹੀਂ ਜਾਣਦਾ, ਮਿਲ ਕੇ ਪੜ ਲਓ, ਨਹੀਂ ਜਾਣਦਾ ਜ਼ਮਾਨਾ ਅਜ਼ਮਤ ਸਦੀਕ ਦੀ, ਨਹੀਂ ਜਾਣਦਾ ਜ਼ਮਾਨਾ ਅਜ਼ਮਤ ਸਦੀਕ ਦੀ, ਨਹੀਂ ਜਾਣਦਾ ਜ਼ਮਾਨਾ ਅਜ਼ਮਤ ਸਦੀਕ ਦੀ, ਪੁੱਛੋ ਰਸੂਲ ਪਾਕ ਤੋਂ ਕੀਮਤ ਸਦੀਕ ਦੀ, ਪੁੱਛੋ ਰਸੂਲ ਪਾਕ ਤੋਂ ਕੀਮਤ ਸਦੀਕ ਦੀ, ਪੁੱਛ ਸਭ ਕੁਛ ਨਿਸਾਰ ਕੀਤਾ ਛੱਡੀ ਸੂਈ ਵੀ ਨਹੀਂ। ਜੇ ਜ਼ਾਤ ਨੇ ਆਪਣਾ ਸਾਰਾ ਕੁਝ ਲਿਆ ਕੇ ਮੁਸਤਫਾ ਦੇ ਕਦਮਾਂ 'ਤੇ ਰੱਖਿਆ, ਉਹ 'ਤੇ ਇਲਜ਼ਾਮ ਲਾਉਣਾ ਕਿ ਉਹਨਾਂ ਜਨਾਬ ਹੱਕ ਆ ਗਿਆ ਨਾਲੇ ਬੈਠਾ ਹੈ, ਉਹ ਗਾਂਧੀ ਸਮਝਿਆ ਨਾ, ਗਾਂਧੀ ਆਪਣੇ ਵਜ਼ੀਰਾਂ ਨੂੰ, ਗਾਂਧੀ ਨੇ ਆਪਣੇ ਵਜ਼ੀਰਾਂ ਨੂੰ ਇਹ ਮਸ਼ਵਰਾ ਦੇਣਾ ਸੀ ਕਿ ਸਾਦਗੀ ਇਖਤਿਆਰ ਕਰੋ। ਉਹਨੇ ਕਿਹਾ ਕਿ ਮੈਂ ਆਪਣੇ ਜਿਹੜੇ ਰਾਮ ਚੰਦਰ ਨੇ, ਕ੍ਰਿਸ਼ਨ ਨੇ, ਉਹਨਾਂ ਦਾ ਮੈਂ ਹਵਾਲਾ ਨਹੀਂ ਦੇ ਸਕਦਾ, ਉਹ ਕੋਈ ਤਾਰੀਖੀ ਆਦਮੀ ਨਹੀਂ, ਮੈਂ ਮਜਬੂਰ ਹਾਂ ਕਿ ਮੈਂ ਇਸ ਚੀਜ਼ ਦਾ ਹਵਾਲਾ ਦੇਵਾਂ ਕਿ ਅਗਰ ਤੁਸੀਂ ਸਾਦਗੀ ਇਖਤਿਆਰ ਕਰਨੀ ਹੈ ਔਰ ਉਹ ਸੀਰਤ ਦੇਖਣੀ ਹੈ ਤੇ ਉਹ ਅਬੂ ਬਕਰ ਸਦੀਕ ਉਮਰ ਫਾਰੂਕ ਦੀ ਸੀਰਤ ਦੇਖੋ ਕਿ ਜਿਨ੍ਹਾਂ ਇਤਨਾ ਬੜਾ ਹੁਕਮਰਾਨ ਹੋਣੇ ਦੇ ਬਾਵਜੂਦ ਵੀ, ਇਤਨੀ ਬੜੀ ਹਕੂਮਤ ਦੇ ਬਾਵਜੂਦ ਵੀ ਸਾਦਗੀ ਔਰ ਫਕਰ ਦੇ ਅੰਦਰ ਆਪਣੀ ਜ਼ਿੰਦਗੀ ਗੁਜ਼ਾਰ ਲਈ। ਸਭ ਕੁਝ ਨਿਸਾਰ ਕੀਤਾ ਛੱਡੀ ਸੂਈ ਵੀ ਨਹੀਂ, ਇਸਲਾਮ ਨੂੰ ਪਈ ਜਦੋਂ ਜ਼ਰੂਰਤ ਸਦੀਕ ਦੀ, ਇਸਲਾਮ ਨੂੰ ਪਈ ਜਦੋਂ ਜ਼ਰੂਰਤ ਸਦੀਕ ਦੀ, ਨਹੀਂ ਜਾਣਦਾ ਜ਼ਮਾਨਾ ਅਜ਼ਮਤ ਸਦੀਕ। ਜਿਹੜੇ ਸਦੀਕੀ ਅਕਬਰ ਦੇ ਦੁਸ਼ਮਣ ਨੇ ਉਹ ਚਿਹਰਿਆਂ ਤੋਂ ਪਹਿਚਾਣੇ ਜਾਂਦੇ, ਚਿਹਰਿਆਂ ਦੀ ਫਟਕਾਰ ਪਈ, ਸ਼ਕਲ ਹੀ ਵਿਗੜੀ ਗਈ, ਹੋਲੀਆ ਹੀ ਵਿਗੜ ਗਿਆ। ਸ਼ਾਹ ਨੇ ਬੜਾ ਕਮਾਲ ਕਿਹਾ, ਕਹਿੰਦਾ ਆ ਤੈਨੂੰ ਮੈਂ ਵਿਖਾਵਾਂ ਦੁਸ਼ਮਣ ਸਦੀਕ ਦੇ, ਆ ਤੈਨੂੰ ਮੈਂ ਵਿਖਾਵਾਂ ਦੁਸ਼ਮਣ ਸਦੀਕ ਦੇ, ਚਿਹਰੇ ਦਾ ਨੂਰ ਲੈ ਗਈ, ਚਿਹਰੇ ਦਾ ਨੂਰ ਲੈ ਗਈ ਕਦੂਰਤ ਸਦੀਕ ਦੀ। ਔਰ ਮੈਂ ਆਪ ਸ਼ੇਰ ਦੋ ਲਿਖੇ ਨੇ, ਉਹ ਤੁਹਾਡੇ ਸਾਹਮਣੇ ਪੇਸ਼ ਕਰਾਂ ਇਸੇ ਦੇ ਮੁਤਾਲਿਕ। ਸ਼ੇਰੇ ਖੁਦਾ ਨੇ ਖੁਦ ਕਿਹਾ ਅਫਜ਼ਲ ਸਦੀਕ, ਸ਼ੇਰੇ ਖੁਦਾ ਨੇ ਖੁਦ ਕਿਹਾ ਅਫਜ਼ਲ ਸਦੀਕ, ਸਭ ਇਮਾਮਤੋਂ ਇਮਾਮਤ ਸਦੀਕ ਦੀ, ਆਲਾ ਏ ਸਭ ਇਮਾਮਤੋਂ ਇਮਾਮਤ ਸਦੀਕ ਦੀ। ਔਰ ਬੜਾ ਕਮਾਲ ਸ਼ੇਰ ਹੈ, ਇਹ ਵੀ ਮੈਂ ਖੁਦ ਲਿਖਿਆ, ਅੱਲਾਹ ਤਾਲਾ ਨੇ ਸਾਰਤਾ ਫਰਮਾਈ, ਐਲਾਨ ਹੈਦਰੀ ਕੋੜੇ ਉਹ ਖਾਵੇਗਾ। ਅਲੀ ਫਰਮਾਨੇ ਲਾ ਅਜਦ ਵਾਹਦਨ ਫਦਲਨੀ ਅਲਾ ਅਬੀ ਬਕਰ ਵ ਉਮਰ ਇਲਾ ਜੱਲਤਹੁ ਹੱਦਲ ਮੁਫਤਰੀ, ਮੇਰੇ ਪਾਸ ਐਸੇ ਸ਼ਖਸ ਕੋ ਅਗਰ ਲਾਓ ਜੋ ਮੁਝੇ ਅਬੂ ਬਕਰ ਉਮਰ ਪੇ ਫਜ਼ੀਲਤ ਦੇਤਾ ਹੈ ਤੋ ਮੈਂ ਉਸੇ ਕੋੜੇ ਮਾਰੂ, ਉਸੇ ਕੋੜੇ ਮਾਰੂ। ਇਸ ਵਾਸਤੇ ਮੈਂ ਲਿਖਿਆ ਕਿ ਐਲਾਨ ਹੈਦਰੀ ਕੋੜੇ ਉਹ ਖਾਵੇਗਾ, ਬਦਬਖਤੇ ਜਿਹੜਾ ਮੰਨੇ ਨਾ ਅਫਜ਼ਲੀਅਤ ਸਦੀਕ ਦੀ, ਬਦਬਖਤ ਜਿਹੜਾ ਮੰਨੇ ਨਾ ਅਫਜ਼ਲੀਅਤ ਸਦੀਕ ਦੀ, ਨਹੀਂ ਜਾਣਦਾ ਜ਼ਮਾਨਾ ਅਜ਼ਮਤ ਸਦੀਕ ਦੀ, ਪੁੱਛੋ ਰਸੂਲ ਪਾਕ ਤੋਂ ਕੀਮਤ ਸਦੀਕ ਦੀ।